ਗਲੋਬਲ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਅਮਰਜੀਤ ਬਾਬਰੀ ਦੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਸਾਡੇ ਸਟੂਡੀਓ ਵਿੱਚ ਸਾਡੇ ਇਲਾਕੇ ਦੇ ਉੱਭਰ ਰਹੇ ਕਾਂਗਰਸੀ ਨੇਤਾ ਰਵਿੰਦਰ ਰਵੀ ਜੀ ਆਏ ਨੇ, ਜਿਨ੍ਹਾਂ ਨੂੰ ਪਿਆਰ ਨਾਲ ਲੋਕ ਰਵੀ ਗਰੇਵਾਲ ਵੀ ਕਹਿੰਦੇ ਨੇ। ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਜਾਟ ਮਹਾਂਸਭਾ ਦੇ ਸਕੱਤਰ ਜਨਰਲ। ਅਸੀਂ ਅੱਜ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੂੰ ਇਹਨਾਂ ਦੇ ਰੂਬਰੂ ਕਰਵਾਉਣ ਜਾ ਰਹੇ ਹਾਂ। ਮੇਰੇ ਨਾਲ ਨੇ ਅੱਜ ਦੇ ਸਾਡੇ ਮੁਲਾਕਾਤੀ ਰਵਿੰਦਰ ਰਵੀ ਜੀ। ਰਵਿੰਦਰ ਰਵੀ ਜੀ, ਤੁਹਾਡਾ ਸਟੂਡੀਓ 'ਚ ਆਉਣ ਦੇ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਕਿਸ ਇਲਾਕੇ ਨੂੰ ਬਿਲੋਂਗ ਕਰਦੇ ਹੋ ਔਰ ਤੁਹਾਡੀ ਪਿਛਲੀ ਜਿਹੜੀ ਸਿਆਸੀ ਜਾਂ ਸਮਾਜਿਕ ਬੈਕਗਰਾਊਂਡ? ਮੇਰਾ ਜੱਦੀ ਪਿੰਡ ਜੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ, ਰੋਗਾ। ਅਤੇ ਪਰ ਮੈਂ 1980 ਦੇ ਵਿੱਚ ਮੋਗੇ ਆ ਗਿਆ। ਡੀ ਐਮ ਕੋਲਜ ਦੇ ਵਿੱਚੋਂ ਮੈਂ ਬੀ ਏ ਕੀਤੀ 85 ਦੇ ਵਿੱਚ। ਉਦੋਂ ਮੈਂ ਸਟੂਡੈਂਟ ਯੂਨੀਅਨ ਨਾਲ ਵੀ ਜੁੜਿਆ ਰਿਹਾ, ਸਟੂਡੈਂਟ ਮੂਵਮੈਂਟ ਨਾਲ ਰਿਹਾ। ਉਸ ਤੋਂ ਬਾਅਦ ਮੈਂ ਲਾਅ ਕੀਤਾ, ਲਾਅ ਕਰਕੇ ਮੈਂ ਥੋੜ੍ਹੀ ਦੇਰ ਮਰਚੈਂਟ ਨੇਵੀ ਹੋਇਆ। ਫਿਰ ਮੈਂ ਮੋਗੇ ਆ ਕੇ ਆਪਣਾ ਟਰਾਂਸਪੋਰਟ ਦਾ ਬਿਜ਼ਨਸ ਕੀਤਾ ਔਰ ਉਸੇ ਦੌਰਾਨ ਮੇਰੀ ਮੁਲਾਕਾਤ ਰਾਣਾ ਗੁਰਜੀਤ ਸਿੰਘ ਨਾਲ ਹੋਈ, ਜਿੱਥੋਂ ਮੈਨੂੰ ਇਹ ਸਿਆਸਤ ਦੀ ਚੇਟਕ ਲੱਗੀ। ਅਤੇ ਪਹਿਲਾਂ ਚੇਟਕ ਲੱਗੀ, ਹੌਲੀ 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 ਬਣਦਾ ਬਈ ਚਲੋ ਆਪਾਂ ਵੀ ਇਲੈਕਸ਼ਨ ਲੜੀਏ, ਜਾਂ ਤੁਹਾਡੇ ਵਰਗੇ ਦੋਸਤਾਂ ਨੇ ਭਰਾਵਾਂ ਨੇ ਪ੍ਰੇਰਿਆ ਵੀ ਤੂੰ ਤੇਰੇ ਜੇ ਕੈਲੀਬਰ ਹੈਗਾ ਵੀ ਤੂੰ ਇਸ ਪਾਸੇ ਕਿਉਂ ਨਹੀਂ ਤੁਰਦਾ। ਅਤੇ ਉਹਨਾਂ ਮਨ ਦੇ ਵਿੱਚ ਫਿਰ ਭਾਵਨਾ ਜਾਗੀ ਵੀ ਜੇ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਐਜ਼ ਏ ਚੁਣਿਆ ਹੋਇਆ ਨੁਮਾਇੰਦਾ ਤਾਂ ਉਹ ਬਹੁਤ ਬਿਹਤਰ ਹੋਊਗਾ। ਅਤੇ ਜੇ ਮੇਰੇ 'ਤੇ ਪਰਿਵਾਰ ਮੇਰੀ ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ, ਮੈਨੂੰ ਟਿਕਟ ਦਿੱਤੀ ਤਾਂ ਮੈਂ ਚੁਣ। ਤੁਸੀਂ ਸਿਆਸਤ ਦੇ ਵਿੱਚ ਆਉਣ ਦਾ ਸਬੱਬ ਤਾਂ ਤੁਹਾਡਾ ਰਾਣਾ ਗੁਰਜੀਤ ਜੀ ਬਣ, ਉਹਨਾਂ ਦੇ ਨਾਲ ਰਹਿਣ ਦੇ ਨਾਲ ਤੁਸੀਂ, ਪਰ ਇਹ ਹੈ ਵੀ ਦੂਸਰੀਆਂ ਵੀ ਆਪਣੇ ਪਾਰਟੀਆਂ ਹੈਗੀਆਂ ਨੇ, ਇਹਦੇ ਵਿੱਚ ਜਿਵੇਂ ਅਕਾਲੀ ਦਲ ਹੈ, ਬੀ ਜੇ ਪੀ ਹੈ, ਇਹ ਤੁਹਾਡੀ ਪਾਰਟੀ ਪਸੰਦੀਦਾ ਪਾਰਟੀ ਕਿਉਂ ਹੈ? ਜਿਵੇਂ ਤੁਸੀਂ ਯੂਨੀਵਰਸਿਟੀਆਂ 'ਚ ਰਹੇ ਹਾਂ, ਉਹਦਾ ਜ਼ਿਆਦਾ ਪ੍ਰਭਾਵ ਜਿਹੜਾ ਉੱਤੇ ਕਮਿਊਨਿਸਟਾਂ ਦਾ ਹੁੰਦਾ ਜਾਂ ਮਾਰਕਸਵਾਦ ਦਾ ਸੀ? ਸਾਡੇ ਵੇਲੇ ਜ਼ਿਆਦਾ ਪ੍ਰਭਾਵ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸੀ। ਹਾਂਜੀ, 84-85 ਦੇ ਵਿੱਚ ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਸੀ। ਫੈਡਰੇਸ਼ਨ ਨਾਲ ਮੈਂ ਥੋੜ੍ਹਾ ਚਿਰ ਕੰਮ ਵੀ ਕੀਤਾ ਪਰ ਮੈਨੂੰ ਉਹਨਾਂ ਦਾ ਤੌਰ ਤਰੀਕਾ ਚੰਗਾ ਨਹੀਂ ਲੱਗਿਆ, ਮੈਂ 6 ਮਹੀਨੇ ਕੰਮ ਕਰਕੇ ਉਹਨਾਂ ਨੂੰ ਛੱਡ ਦਿੱਤਾ। ਪਰ ਫਿਰ ਮੈਂ ਹੌਲੀ ਹੌਲੀ ਜਦੋਂ ਇੱਧਰ ਨੂੰ ਆਇਆ, ਮੈਂ ਐਨਾਲਿਸਿਸ ਕੀਤਾ ਆਪਣੇ ਮਨ ਨਾਲ। ਜਦੋਂ ਅਸੀਂ ਬਹਿ ਕੇ ਜਦੋਂ ਦੋਸਤਾਂ ਨਾਲ ਬਹਿੰਦੇ ਵੀ ਯਾਰ ਕਾਂਗਰਸ ਅਤੇ ਅਕਾਲੀ ਦਲ, ਬੀ ਜੇ ਪੀ ਦਾ ਤਾਂ ਪੰਜਾਬ 'ਚ ਕੋਈ ਹੈ ਨਹੀਂ, ਉਹ ਤਾਂ ਸਿਰਫ ਉਹਨਾਂ ਦੇ ਫੰਗਾਂ 'ਤੇ ਉੱਡਦੇ ਆ, ਜੋ ਵੀ ਜਿੰਨੀਆਂ ਵੀ ਸੀਟਾਂ ਜਿੱਤਦੇ ਆ ਕਰਦੇ ਆ ਟੋਟਲੀ ਅਕਾਲੀ ਦਲ। ਅਕਾਲੀ ਦਲ ਦੀ ਮਜਬੂਰੀ ਹੈ ਵੀ ਚਲੋ ਉਹਨਾਂ ਨੂੰ ਐਂ ਹੁੰਦਾ ਵੀ ਇੱਦਾਂ ਕਰਕੇ ਸਾਨੂੰ ਸ਼ਹਿਰ ਦੇ ਵਿੱਚ ਥੋੜ੍ਹੀ ਬਹੁਤੀ ਵੋਟ ਅਸੀਂ ਖਿੱਚਣ ਦੇ ਵਿੱਚ ਕਰਦੇ। ਅਤੇ ਪਰ ਫਿਰ ਥੋੜ੍ਹਾ ਮੈਂ ਅਕਾਲੀ ਦਲ ਨੂੰ ਵੀ ਨੇੜਿਓਂ ਦੇਖਿਆ, ਸੁਖਬੀਰ ਉਹਨਾਂ ਨਾਲ ਵੀ ਮਾੜੀ ਮੋਟੀ ਜਾਣ ਪਛਾਣ ਰਹੀ ਆ। ਫਿਰ ਸਾਰਾ ਕੁਛ ਦੇਖ ਕੇ ਮੈਨੂੰ ਐਂ ਲੱਗਿਆ ਵੀ ਜਿਹੜੀ ਕਾਂਗਰਸ ਪਾਰਟੀ ਆ ਸੈਕੂਲਰ ਪਾਰਟੀ ਆ, ਇਹਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ, ਇਸ ਕਰਕੇ ਮੈਂ ਕਾਂਗਰਸ ਨੂੰ ਜੁਆਇਨ ਕੀਤਾ। ਮੈਂ ਪਹਿਲਾਂ ਜਦੋਂ ਸ਼ੁਰੂ 'ਚ ਜੁਆਇਨ ਕੀਤਾ ਜੀ, ਮੈਨੂੰ ਇਹਨਾਂ ਨੇ ਲੀਗਲ ਸੈੱਲ ਦਾ ਯੂਥ ਵਿੰਗ ਦਾ ਸੀਨੀਅਰ ਵਾਈਸ ਪ੍ਰੈਜੀਡੈਂਟ ਬਣਾਇਆ। ਉਦੋਂ ਰਵਿੰਦਰ ਅਮਲਾ ਜੀ ਪ੍ਰਧਾਨ ਹੁੰਦੇ ਸੀ। ਉਸ ਤੋਂ ਬਾਅਦ ਫਿਰ ਉਹ ਉਪ ਪ੍ਰਧਾਨ ਚਲੇ ਗਏ, ਫਿਰ ਸਾਡੀ ਬੋਡੀ ਭੰਗ ਹੋ ਗਈ, ਫਿਰ ਕੇ ਪੀ ਸਾਹਿਬ ਨੇ ਮੈਨੂੰ ਸੈਕਟਰੀ ਬਣਾਇਆ ਅਤੇ ਹੁਣ ਮੈਂ ਐਜ਼ ਏ ਸੈਕਟਰੀ ਕੰਮ ਕੀਤਾ ਬਹੁਤ ਦੇਰ। ਫਿਰ ਮਹਾਰਾਜ ਸਾਹਿਬ ਨੇ ਜਦੋਂ ਜਾਟ ਮਹਾਂਸਭਾ ਬਣਾਈ ਆ, ਫਿਰ ਉਹਨਾਂ ਨੇ ਮੈਨੂੰ ਸੈਕਟਰੀ ਜਨਰਲ ਦਾ ਅਹੁਦਾ ਜਾਟ ਮਹਾਂਸਭਾ 'ਚ ਦਿੱਤਾ। ਹੋਰ ਵੀ ਆਪਣੇ ਇਲਾਕੇ ਦੇ ਕਾਫੀ ਜਿਹੜੇ ਕਾਂਗਰਸ ਦੇ ਮੈਂਬਰ ਨੇ ਉਹ ਵੀ ਇਸ ਮੈਦਾਨ ਦੇ ਵਿੱਚ ਉਤਰਨ ਨੂੰ ਤਿਆਰ ਨੇ ਵੀ ਸਾਨੂੰ ਵੀ ਟਿਕਟ ਮਿਲੇ, ਤਾਂ ਉਹਨਾਂ ਦੇ ਨਾਲ ਇਹ ਹੁੰਦਾ ਵੀ ਜਦੋਂ ਅਸੀਂ ਸਾਰੇ ਇਕੱਠੇ ਰਲ ਕੇ ਚੱਲਦੇ ਹਾਂ ਤਾਂ ਇੱਕ ਨੂੰ ਟਿਕਟ ਤਾਂ ਇੱਕ ਨੂੰ ਮਿਲਣੀ ਹੁੰਦੀ ਹੈ, ਅਗਰ ਕੋਈ ਐਸੀ ਗੱਲਬਾਤ ਹੁੰਦੀ ਹੈ ਤਾਂ ਤੁਹਾਡਾ ਕੀ ਰਹੇਗਾ ਉਹਦੇ ਵਿੱਚ? ਭਾਅ ਜੀ ਦੇਖੋ, ਅਸੀਂ ਤੁਹਾਨੂੰ ਕਲੀਅਰ ਕੱਟ ਮੈਂ ਆਪਣੇ ਦਿਲੋਂ ਕਹਿੰਦਾ, ਐਤਕੀ ਵਰਕਰਾਂ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਤੱਕ ਇਹੀ ਭਾਵਨਾ ਹਰ ਇੱਕ ਬੰਦੇ ਦੀ ਵੀ ਕਿਵੇਂ ਨਾ ਕਿਵੇਂ ਅਸੀਂ ਆਪਣੀ ਗੌਰਮੈਂਟ ਲੈ ਕੇ ਆਏ। 9 ਸਾਲ ਪੂਰੀ ਕਾਂਗਰਸ ਪਾਰਟੀ, ਪੂਰਾ ਪੰਜਾਬ, ਪੂਰਾ ਲੋਕਤੰਤਰ ਪਿੜਿਆ, ਉਹ ਇੰਨਾ ਕੁ ਤੰਗ ਨੇ ਲੋਕਾਂ 'ਤੇ, ਸਾਨੂੰ ਸਾਡੇ ਵਰਕਰਾਂ 'ਤੇ ਤਾਂ ਸਾਨੂੰ ਤਰਸ ਆਉਣਾ ਹੀ ਆਉਣਾ, ਸਾਨੂੰ ਨੌਜਵਾਨਾਂ 'ਤੇ ਵੀ ਤਰਸ ਆਉਂਦਾ, ਸਾਨੂੰ ਕਿਸਾਨਾਂ 'ਤੇ ਵੀ ਤਰਸ ਆਉਂਦਾ, ਵਿਚਾਰਿਆਂ ਨਾਲ ਬਹੁਤ ਮਾੜਾ ਹੋ ਰਿਹਾ। ਹਾਂਜੀ, ਬਾਜ਼ਾਰਾਂ ਦੇ ਵਿੱਚ ਦੁਕਾਨਾਂ ਵਾਲੇ ਦੁਕਾਨਾਂ ਖਾਲੀ ਪਈਆਂ ਨੇ ਕਿਉਂਕਿ ਮਾਰਕੀਟ 'ਚ ਕੋਈ ਪੈਸਾ ਹੀ ਨਹੀਂ ਹੈਗਾ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ। ਇਸ ਕਰਕੇ ਸਾਡਾ ਪੁਰਜ਼ੋਰ ਕੋਸ਼ਿਸ਼ ਹੋਊਗਾ ਵੀ ਜਿਹਨੂੰ ਵੀ ਟਿਕਟ ਮਿਲੀ
और उन्होंने असी चेतावे और साढ़े थोड़ा एक मैं होर दसन लगे असी मौके के मेन पांच कैंडीडेट और पंजा कैंडीडेटा का साडा उस पूर्ण तौर पर गुरु घर बह के समझौता होया भी जिहड़ा भी टिकट लैके आऊ असी उसू जिता जी हरजोत कमल जी मालती थापर जी ने अपने मनजीत मान जी ने तीन जिले की कमांड दी प्रोक्योरमेंट के चक्कर बहुत किसान का अनाज रोल रहा भी तुसी मंडिया च जाओ जिदे विचों एक जिला मोगा भी आ फरीदकोट आ ते मुकसर वो जस्ट हाई कमांड दे कहण उपर मोगे आया उन्हां नूं मोगे विच उन्हां दा कोई इंट्रस्ट नहीं इलैक्शन लड़न दा वो लड़नगे जां बठिंडे लड़न जां लंबी लड़न उन्हां दे उस इलाके दे विच उन्हां दा आधार आ सारा कुछ मोगे विच वो इलैक्शन नहीं इदां दी कोई गल नहीं पिछलियां जिन्नियां भी चोणां उहदे च कांग्रेस नूं जे आपां कहीए ना भई दूजियां पार्टियां ने हराता वो घट सच लगदा अपने अंदरूनी जो विरोध से कांग्रसियों के आपस में उन्होंने ज्यादा उन्होंने नुकसान किया हराने ज्यादा भूमिका निभाई है ये तुम किस समझते हो ठीक है भाजी कोई इदा की गल नहीं है कुछ क गलतियां होंदिया ने वो हो पर ऐसा कोई गल नहीं भी असी अपने आप को हराया कुछ क कैंडीडेटा की चोन जी हुई लेट हुई कुछ कैंडीडेटा की चोन गलत हो गई तो कुछ क गल ਜਿਹੜੇ ਥੱਲੜੇ ਲੈਵਲ 'ਤੇ ਸਾਨੂੰ ਯੂਨਾਈਟ ਹੋਣਾ ਚਾਹੀਦਾ ਸੀ ਅਸੀਂ ਨਹੀਂ ਹੋ ਪਾਏ ਹਾਂਜੀ ਕੁਛ ਕੁ ਇਹਨਾਂ ਦੇ ਝੂਠੇ ਲਾਰੇ ਕੁਛ ਅਕਾਲੀ ਦਲ ਦੀ ਮਨੀ ਪਾਵਰ ਜੀ ਕਿਉਂਕਿ ਉਹਨਾਂ ਕੋਲ ਲਗਾਤਾਰ ਸਰਕਾਰ ਉਹਨਾਂ ਨੇ ਹਟਾਈ ਉਹਨਾਂ ਕੋਲ ਪੈਸਾ ਸੀ ਪੈਸੇ ਨਾਲ ਲੋਕਾਂ ਨੂੰ ਗਮਰਾਹ ਕਰ ਲਿਆ ਇਹਨਾਂ ਗੱਲਾਂ ਕਰਕੇ ਅਦਰਵਾਈਜ਼ ਜੇ ਆਪਾਂ ਦੇਖੇ ਜੇ ਵੀ ਅਸੀਂ ਇੱਕ ਦੂਜੇ ਨੂੰ ਹਰਾਉਂਦੇ ਕੋਈ ਇਹ ਗੱਲ ਨਹੀਂ ਹੈ ਅੱਗੇ ਨਹੀਂ ਆਉਂਦੇ ਸਾਰੀਆਂ ਪਾਰਟੀਆਂ ਸੀ ਕਾਂਗਰਸ ਦੇ ਵਿੱਚ ਵੀ ਹੈਗਾ ਲੇਕਿਨ ਕੀ ਲੱਗਦਾ ਵੀ ਐਤਕੀ ਜਿਹੜੇ ਕਹਾਗ ਪੁਰਾਣੇ ਕਾਂਗਰਸੀ ਹੈਗੇ ਆ ਕੀ ਉਹ ਜੇ ਫਰਜ਼ ਕੋਲ ਤੁਹਾਡਾ ਨੰਬਰ ਆਉਂਦਾ ਤਾਂ ਇਹਦੇ ਵਿੱਚੋਂ ਕੋਈ ਵਾਧਾ ਬਣੇ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਤੁਸੀਂ ਮੈਂ ਤੁਹਾਨੂੰ ਪਿਛਲੀ ਵਾਰ ਦੀ ਉਦਾਹਰਨ ਦਿੰਦਾ ਜੀ ਨਾਗਰਾਜ ਜੀ ਰਾਜਾ ਬੜਿੰਗ ਬਿਲਕੁਲ ਫਰੈਸ਼ ਚਿਹਰੇ ਸੀਗੇ ਜਿਹੜੇ ਜਿੱਤ ਕੇ ਜੰਗ ਬਲਾਡ ਆਏ ਯੂਥ ਦੇ ਵਿੱਚ ਉਹ ਅੱਜ ਵੀ ਯੂਥ ਦੇ ਵਿੱਚ ਕੰਮ ਕਰ ਰਹੇ ਆ ਇਸੇ ਤਰ੍ਹਾਂ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਜੇ ਮੈਂ ਹੁਣ ਕਿਸੇ ਆਪਦੀ ਵਜ੍ਹਾ ਕਰਕੇ ਹਰਜਾ ਮੈਂ ਉਹ ਕਿਸੇ ਹੋਰ 'ਤੇ ਗਲਤੀ ਥੋਪਾਂ 'ਚ ਉਹ ਗਲਤੀ ਹੁੰਦੀ ਆ ਅਸੀਂ ਆਪ ਤਕੜੇ ਹੋ ਗਏ ਕੈਂਡੀਡੇਟ ਨੂੰ ਲੜਨਾ ਚਾਹੀਦਾ ਜਿਹੜੇ ਘਾਗ ਨੇ ਉਹਨਾਂ ਦੀ ਤਾਂ ਅਸੀਂ ਪ੍ਰੇਰਨਾ ਲੈਣੀ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਜਾਂਦੀ ਆ ਲੋਕਾਂ ਦੀ ਆਵਾਜ਼ ਹੈ ਵੀ ਉਹ ਦੋਨੇ ਰਵਾਇਤੀ ਪਾਰਟੀਆਂ ਤੋਂ ਬੜੇ ਦੁਖੀ ਅਕਾਲੀ ਦਲ ਤੋਂ ਵੀ ਕਾਂਗਰਸ ਉਹ ਇੱਕ ਤੀਜਾ ਬਦਲ ਪਾਲਦੇ ਕੀ ਤੁਹਾਨੂੰ ਲੱਗਦਾ ਵੀ ਤੀਜਾ ਬਦਲ ਇੱਥੇ ਕਾਮਯਾਬ ਹੋ ਸਕੇ ਦੇਖੋ ਜੀ ਜੋ ਪੰਜਾਬ ਦਾ ਇਤਿਹਾਸ ਆ ਹੁਣ ਤੱਕ ਦਾ ਤੀਜਾ ਬਦਲ ਇੱਥੇ ਹਜੇ ਤੱਕ ਕਦੇ ਵੀ ਕਾਮਯਾਬ ਨਹੀਂ ਹੋਇਆ ਉਹ ਮਨਪ੍ਰੀਤ ਜੀ ਨੇ ਵੀ ਰਾਮੂ ਵਾਲੀਆਂ ਜੀ ਨੇ ਵੀ ਖੱਬੇ ਪੱਖੀ ਪਾਰਟੀਆਂ ਨੇ ਵੀ ਸਮੇਂ ਸਮੇਂ 'ਤੇ ਮਾਇਆਵਤੀ ਵੀ ਵਿੱਚ ਇੱਕ ਵਾਰੀ ਆਈ ਉਹਨੇ ਅਲਾਈਸ 'ਚ ਇੱਕ ਵਾਰੀ 10-11 ਸੀਟਾਂ ਵੀ ਜਿੱਤੀਆਂ ਉਦੋਂ ਤਾਂ ਵੱਧ ਮੇਰਾ ਖਿਆਲ ਹੋਰ ਥਰਡ ਪਾਰਟੀ ਨੇ ਕਦੇ ਕੋਈ ਸੀਟ ਵੀ ਨਹੀਂ ਜਿੱਤੀ ਉਹ ਵੀ ਖਤਮ ਹੋ ਗਈ ਇੱਥੇ ਤੀਜਾ ਬਦਲ ਪੰਜਾਬ ਦੇ ਵਿੱਚ ਨਾ ਹਜੇ ਤੱਕ ਕਾਮਯਾਬ ਹੋਇਆ ਅਤੇ ਨਾ ਹੀ ਹੋ ਇਹ ਮੇਰਾ ਵਿਚਾਰ ਬੁਨਿਆਦੀ ਤੌਰ ਤੇ ਕਿਹਦੇ ਨਾਲ ਮੁਕਾਬਲਾ ਸਾਂਝੇ ਦੋਨਾਂ ਪਾਰਟੀਆਂ ਚੋਂ ਕਿਹਦੇ ਨਾਲ ਤੁਹਾਡਾ ਲੱਗਦਾ ਵੀ ਮੇਨ ਮੁਕਾਬਲਾ ਸਾਡਾ ਅਕਾਲੀ ਦਲ ਕੋਲ ਕੇਡਰ ਆ ਉਹ ਕੇਡਰ ਉਹਨਾਂ ਦਾ ਥੋੜਾ ਬਹੁਤਾ ਖਿਲ ਰਿਹਾ ਜ਼ਰੂਰ ਆ ਬਟ ਹਜੇ ਵੀ ਉਹਨਾਂ ਕੋਲ ਕੇਟ ਦਾ ਸਾਡਾ ਮੁਕਾਬਲਾ ਅਕਾਲੀ ਦਲ ਨਾਲ ਹੀ ਹੋਊਗਾ ਆਪ ਤਾਂ ਇੱਕ ਖੇਰੂ ਖੇਰੂ ਹੋਇਆ ਜਿਹਨੂੰ ਪਿੰਡਾਂ ਦੇ ਵਿੱਚ ਕੋਈ ਨਹੀਂ ਚੱਲਦਾ ਉਹ ਉਹਨਾਂ ਦਾ ਝੰਡਾ ਕਦੇ ਉਹ ਮਨਪ੍ਰੀਤ ਦਾ ਚੱਕ ਲੈਂਦੇ ਆ ਕਦੇ ਉਹ ਚੱਕਿਆ ਉਹਨਾਂ ਨੇ ਕਦੇ ਉਹਨਾਂ ਨੇ ਚੱਕਿਆ ਤੁਹਾਡਾ ਰੱਬ ਲੈ ਰਾਮੂ ਵਾਲੀ ਦਾ ਚੱਕਿਆ ਉਹ ਤਾਂ ਇਸ ਤਰ੍ਹਾਂ ਦੇ ਨਾ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਈਏ ਜਾਂ ਪੰਜਾਬੀ 'ਚ ਕਹਿ ਦਈਏ ਇੱਕ ਨਿਰਾਸ਼ ਲੋਕ ਨਹੀਂ ਹੁੰਦੇ ਆਪਣੇ ਆਪ ਉਹ ਟੋਲਾ ਜਿਹਨਾਂ ਨੂੰ ਅਸੀਂ ਜੇ ਅਸੀਂ ਨਹੀਂ ਉਹਨਾਂ ਨੂੰ ਸਮਝਦੇ ਵੀ ਉਹ ਸਾਡਾ ਕੁਛ ਨੁਕਸਾਨ ਕਰ ਨਾ ਜੇ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਜਿੱਤ ਜਾਂਦੇ ਹਾਂ
ਤਾਂ ਕੀ ਤਰਜੀਹਾਂ ਹੁੰਦੀਆਂ, ਕਿਹੜੇ ਕਿਹੜੇ ਕੰਮ ਤੁਸੀਂ ਸੋਚਦੇ ਹੋ ਵੀ ਕਰਾਂ? ਦੇਖੋ ਜੀ, ਸਭ ਤੋਂ ਵੱਧ ਓਵਰਆਲ ਡਿਵੈਲਪਮੈਂਟ ਦੇ ਵਿੱਚ ਜੋ ਮੈਂ ਸੋਚਦਾ, ਇੱਕ ਤਾਂ ਜਿੰਨੀ ਇਲੈਕਟ੍ਰਿਸਿਟੀ ਹੈ ਸਾਡੀ ਜੀ, ਉਹ ਅੰਡਰਗਰਾਊਂਡ ਹੋਣੀ ਚਾਹੀਦੀ ਜੀ। ਉਹਦੇ ਵਿੱਚ ਬਹੁਤ ਨੁਕਸਾਨ ਹੁੰਦਾ ਸਾਡੀ, ਜਿੰਨੀਆਂ ਅੱਗਾਂ ਲੱਗਦੀਆਂ ਨੇ, ਹੋਰ ਲੱਗਦੀਆਂ ਨੇ, ਕਰੰਟ ਲੱਗਦੇ ਆ ਬੱਚਿਆਂ ਨੂੰ ਜਦੋਂ ਪਤੰਗ ਚੜਾਉਂਦੇ ਆ, ਉਹ ਇਲੈਕਟ੍ਰਿਸਿਟੀ ਅੰਡਰਗਰਾਊਂਡ ਮੈਂ ਜੇ ਮੈਨੂੰ ਮੌਕਾ ਮਿਲ ਗਿਆ ਮੈਂ ਜ਼ਰੂਰ ਕਰੂੰਗਾ। ਉਦੋਂ ਬਿਨਾਂ ਸ਼ਹਿਰ ਦੇ ਵਿੱਚ ਪਾਰਕਾਂ ਦੀ ਬਹੁਤ ਘਾਟ, ਜਿੱਥੇ ਬਜ਼ੁਰਗ ਬੱਚੇ ਖੇਡ ਸਕਣ, ਸੈਰ ਕਰ ਸਕਣ। ਸਿਰਫ ਇੱਕ ਹੀ ਇੱਕ ਗੁਰੂ ਨਾਨਕ ਕਾਲਜ ਆ, ਉਹ ਜਿਹੜਾ ਬਣਾਇਆ ਇਹਨਾਂ ਨੇ, ਉਹ ਤਾਂ ਚਿੱਟਾ ਹਾਥੀ ਆ, ਅਕਾਲੀਆਂ ਨੇ ਬਣਾਇਆ ਜਿਹੜਾ ਇਨਡੋਰ, ਉਹ ਤਾਂ ਚਿੱਟਾ ਹਾਥੀ ਬਣ ਗਿਆ। ਇੱਦਾਂ ਦਾ ਮੇਰੇ ਮੈਂ ਕਰੂੰਗਾ, ਔਰ ਇੰਡਸਟਰੀ ਮੈਂ ਜ਼ਰੂਰ ਲੈ ਕੇ ਆਊਂਗਾ। ਇੰਡਸਟਰੀ ਦੀ ਮੋਗੇ ਦੇ ਵਿੱਚ ਬਹੁਤ ਘੱਟ, ਇੱਕ ਨੈਸਲੇ ਹੀ ਆ, ਨੈਸਲੇ ਤੋਂ ਬਾਅਦ ਇੱਥੇ ਇੰਡਸਟਰੀ ਨਹੀਂ ਕੋਈ ਆਈ, ਇੰਡਸਟਰੀ ਅਸੀਂ ਲੈ ਕੇ ਆਉਂਗੇ। ਰਵੀ ਜੀ, ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ, ਪਿੰਡਾਂ ਦਾ ਯੂਥ ਜਿਹੜਾ 18 ਸਾਲ ਤੋਂ ਲੈ ਕੇ 45 ਸਾਲ ਤੱਕ ਦਾ, ਉਹ ਸਾਰਾ ਆਮ ਆਦਮੀ ਪਾਰਟੀ ਦਾ ਝੰਡਾ ਚੁੱਕੀ ਫਿਰਦਾ, ਉਸ ਨੂੰ ਤੁਹਾਡਾ ਰੋਕਣ ਵਾਸਤੇ ਜਾਂ ਉਸ ਦਾ ਉਹਨਾਂ ਨੂੰ ਆਪਦੇ ਵੱਲ ਡਾਈਵਰਟ ਕਰਨ ਵਾਸਤੇ ਤੁਹਾਡੇ ਕੋਲ ਕੀ ਪ੍ਰੋਗਰਾਮ ਹੈ ਵੀ ਅਸੀਂ ਉਹਨਾਂ ਨੂੰ ਆਪਦੇ ਨਾਲ ਜੋੜ ਸਕੀਏ? ਦੇਖੋ ਭਾਅ ਜੀ, ਪਹਿਲਾਂ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਵੀ 18 ਤੋਂ 45 ਸਾਲ ਤੱਕ ਉਹਨਾਂ ਦੇ ਨਾਲ, ਕੁਛ ਕੁ ਬੱਚੇ ਹੈਗੇ ਜਿਹੜੇ ਬਹੁਤ, ਜਦੋਂ ਮਤਲਬ ਕੈਪਟਨ ਸਾਹਿਬ ਦੀ ਸਰਕਾਰ ਦਾ ਜਿਨ੍ਹਾਂ ਨੇ ਕੋਈ ਬਾਹਲਾ ਦੇਖਿਆ ਨਹੀਂ, ਉਦੋਂ ਨਿਆਣੇ ਸੀ, 10 ਸਾਲ ਹੋ ਗਏ, ਵੀ ਉਦੋਂ ਉਹ 5 ਜਾਂ 8-10 ਸਾਲ ਦੇ ਹੋਣਗੇ, ਉਹ ਨਿਆਣੇ ਸੀ, ਉਹਨਾਂ ਨੂੰ ਉਹ ਕੈਪਟਨ ਸਾਹਿਬ ਦਾ ਰਾਜ ਬਾਰੇ ਉਹਨਾਂ ਨੂੰ ਜ਼ਿਆਦਾ ਨੌਲੇਜ, ਉਹਨਾਂ ਉਹ ਜ਼ਰੂਰ ਕਹਿ ਸਕਦੇ ਆ। ਅਦਰਵਾਈਜ਼ ਆਪ ਵਾਲਿਆਂ ਕੋਲ ਕੀ ਹੈ? ਕੁਛ ਵੀ ਨਹੀਂ ਹੈ। ਠੀਕ ਆ, ਆਪ ਵਾਲੇ 4 ਸੀਟਾਂ ਪੰਜਾਬ ਜਿੱਤ ਗਏ ਆ, ਅਦਰਵਾਈਜ਼ ਇੰਡੀਆ ਲੈਵਲ 'ਤੇ ਦੇਖਿਆ ਜਾਵੇ ਉਹਨਾਂ ਨੇ ਜਮਾਤ ਆ ਜਾਂਦੀ, 4 MP ਉਹਨਾਂ ਦੇ ਜਿੱਤੇ ਆ, 2 ਇੱਕ ਪਾਸੇ ਤੁਰੇ ਫਿਰਦੇ, 2 ਇੱਕ ਪਾਸੇ ਤੁਰੇ ਫਿਰਦੇ, ਔਰ 4 MP ਦੇ ਵਿੱਚੋਂ ਉਹ ਹੁਣ ਉੱਥੇ ਗਾਂਧੀ ਉੱਥੇ ਗਿਆ ਹੋਇਆ, ਉਹ ਇਹਨਾਂ ਦੇ ਉਲਟ ਬੋਲੀ ਜਾਂਦਾ, ਭਗਵੰਤ ਮਾਨ ਇੱਥੇ ਉਹਨਾਂ ਦੇ ਉਲਟ ਬੋਲੀ ਜਾਂਦਾ, ਉਹ ਆਪ ਹੀ ਖਿਲਰੇ ਫਿਰਦੇ ਆ। ਉਹ ਤਾਂ ਜਿਹੜਾ ਝਾੜੂ ਆ ਉਹ ਤਾਂ ਸਾਡੇ ਸਾਹਮਣੇ ਹਾਈ ਲੈਵਲ 'ਤੇ ਹੀ ਤੀਲਾ ਹੋਇਆ ਫਿਰਦਾ। ਨੰਬਰ 2 'ਤੇ ਸਾਨੂੰ ਸਮਝ ਨਹੀਂ ਆਉਂਦੀ, ਜਿਹੜੇ ਸਾਡੇ ਰਿਜੈਕਟਡ ਲੀਡਰ ਸੀ ਉਹਨਾਂ, ਉਹ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਸਟਾਰ ਬਣਾਇਆ ਹੋਇਆ। ਸੁਖਪਾਲ ਖਹਿਰਾ 4 ਇਲੈਕਸ਼ਨ ਲੜਿਆ, 3 ਵਾਰੀ ਹਰ ਗਿਆ, ਆਪਣਾ ਗਵਾਂਢੀ ਸੀਡੀ ਕੰਬੋ 2 ਇਲੈਕਸ਼ਨ ਲੜਿਆ, ਦੋਨੇ ਹਰਿਆ ਹੋਇਆ। ਉਹ ਇੱਕ ਲੈ ਕੇ ਗਿਆ ਮੁੰਡਾ ਅਮਨ, ਉਹ 2 ਇਲੈਕਸ਼ਨ ਲੜਿਆ, ਦੋਨੇ ਹਰਿਆ ਹੋਇਆ। ਰਿਜੈਕਟਡ ਮਾਲ ਆ ਉਹਨਾਂ ਕੋਲ, ਹੈ ਕੀ ਆ ਆਪਦੇ ਕੋਲ, ਤਾਂ ਉਹਨਾਂ ਕੋਲ ਕੁਛ ਵੀ ਨਹੀਂ। ਅੱਛਾ, ਨਾ ਹਜੇ ਤੱਕ ਉਹਨਾਂ ਦਾ ਕੋਈ ਕੁਛ ਉਹਨਾਂ ਨੇ ਕਲੀਅਰ ਕੀਤਾ, ਨਾ ਉਹਨਾਂ ਕੋਲ CM ਕੈਂਡੀਡੇਟ ਆ, ਇਕੱਲਾ ਭਗਵੰਤ ਮਾਨ ਆ। ਭਗਵੰਤ ਮਾਨ ਵਰਗੇ ਬੰਦੇ ਨੂੰ CM ਬਣਾ ਕੇ ਮੇਰਾ ਖਿਆਲ ਪੰਜਾਬ ਉੱਜੜ ਜੀ, ਮੇਰਾ ਖਿਆਲ ਪੰਜਾਬ ਕਦੇ ਵੀ ਆਪਣੇ ਆਪ ਨੂੰ ਜੇ ਇੱਦਾਂ ਦੀ ਕੋਈ ਗਲਤੀ ਕਰ ਲੈਂਦਾ, ਮੇਰਾ ਖਿਆਲ ਕਦੇ ਵੀ ਉਹ ਮੁੜ ਕੇ ਇਹ ਖਾਲੀ ਥਾਂ ਭਰਿਆ ਨਹੀਂ ਗਿਆ। ਦੇਖੋ, ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਵੀ 47 ਲੱਖ ਜਿਹੜਾ ਨੌਜਵਾਨ ਹੈ, ਪੜ੍ਹਿਆ ਲਿਖਿਆ ਨੌਜਵਾਨ, ਉਹ ਪੰਜਾਬ ਦੇ ਵਿੱਚ ਵਿਹਲਾ ਫਿਰਦਾ, ਪਲੱਸ ਹਰ ਸਾਲ ਘੱਟੋ ਘੱਟ 6000 ਬੱਚਾ ਇੰਜੀਨੀਅਰਿੰਗ ਪਾਸ ਕਰਕੇ ਪੰਜਾਬ ਦੇ ਵਿੱਚ ਉਹ ਬੇਰੁਜ਼ਗਾਰ ਹੋ ਰਿਹਾ ਜੀ। ਬੇਰੁਜ਼ਗਾਰ ਦੀ ਲਾਈਨ ਲੰਬੀ ਲੱਗਦੀ ਹੈ, ਉਸ ਲਾਈਨ ਨੂੰ ਆਪਾਂ ਘੱਟ ਕਰਨ ਵਾਸਤੇ ਜਾਂ ਉਸ ਯੂਥ ਨੂੰ ਸੈਟਿਸਫਾਈ ਕਰਨ ਵਾਸਤੇ ਉਹ ਇਸ ਤਰ੍ਹਾਂ ਦਾ ਵੀ ਪ੍ਰੋਗਰਾਮ ਕਾਂਗਰਸ ਪਾਰਟੀ ਤਿਆਰ ਕਰ ਰਹੀ ਹੈ ਵੀ ਉਹਦੇ ਨਾਲ ਆਪਾਂ? ਦੇਖੋ ਜੀ, ਅਸੀਂ ਪਹਿਲਾਂ ਵੀ ਰਿਲਾਇੰਸ ਨਾਲ ਕਰਕੇ, ਰਿਲਾਇੰਸ ਨਾਲ ਇੱਥੇ ਅਸੀਂ ਪਿੰਡਾਂ ਦੇ ਵਿੱਚ ਜ਼ਮੀਨ ਦੇਣ ਲੱਗੇ ਸੀ ਉਹਨਾਂ ਨੂੰ, ਪੰਚਾਇਤੀ ਜ਼ਮੀਨ, ਉਹਦੇ ਵਿੱਚ ਅਸੀਂ ਲੋਕਲ ਇੰਡਸਟਰੀ, ਇੱਕ ਸਬਜ਼ੀ ਦੀ ਵੈਜੀਟੇਬਲ ਇੰਡਸਟਰੀ ਪੈਦਾ ਕਰਨ ਲੱਗੇ ਸੀ, ਤਾਂ ਜੋ ਅਸੀਂ ਉਹਦੀ ਇੰਪੋਰਟ ਐਕਸਪੋਰਟ ਉਹ ਕਰਨ। ਪ੍ਰੋਗਰੈਸਿਵ ਮਿਲਕ ਪ੍ਰੋਡਿਊਸਰਸ ਫਾਰਮਰਸ ਐਸੋਸੀਏਸ਼ਨ ਜਿਹੜੀ ਅੰਮ੍ਰਿਤਸਰ ਦੀ ਕੋਈ PDF ਹੈਗੇ, ਉਹਨਾਂ ਦੇ ਕੋਈ 28,000 ਦੇ ਕਰੀਬ ਮੈਂਬਰ, ਉਹ ਸਾਰੇ ਗਰੁੱਪ ਨੇ ਬਣੇ ਬਣਾਏ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਪਿੱਛੇ ਜੇ ਅਜੀਤਵਾਲ ਦੇ ਵਿੱਚ ਇੱਕ ਬੜਾ ਤਗੜਾ ਫੰਕਸ਼ਨ ਕਰਕੇ, ਕਿ ਇੰਨੇ ਇੰਨੇ ਵੱਡੇ ਜਿਹੜੇ ਬੰਦੇ, ਇੰਨੀਆਂ ਵੱਡੀਆਂ ਔਰਗਨਾਈਜੇਸ਼ਨਾਂ ਜੋ ਉਹਦੇ ਨਾਲ ਜੁੜਦੀਆਂ, ਉਹਦੇ ਨਾਲ ਦੂਜੀਆਂ ਪਾਰਟੀਆਂ ਨੂੰ ਜਿਵੇਂ ਕਾਂਗਰਸ ਪਾਰਟੀ ਨੂੰ ਕੋਈ ਫਰਕ ਪੈ ਗਿਆ? ਉਹ ਔਰਗਨਾਈਜੇਸ਼ਨ ਦੇ ਵਿੱਚ ਪਤਾ ਕੀ ਹੈ, 1-2 ਬੰਦੇ ਹੁੰਦੇ ਆ ਜਿਹੜੇ ਉਹਨਾਂ ਨਾਲ ਸਿਮਪਥੀ ਰੱਖਦੇ ਆ, ਉਹਨਾਂ ਕਰਕੇ ਉਹ ਦੂਜੇ ਬੰਦੇ ਆ ਜਾਂਦੇ, ਜਿੱਥੋਂ ਤੱਕ ਵੋਟ ਆਉਣ ਜਾਂਦੀ ਹੈ ਜੀ। ਵੋਟ ਤਾਂ ਜਦੋਂ ਤੁਸੀਂ ਕੈਂਡੀਡੇਟ ਮੂਹਰੇ ਖੜਾ, ਇੰਡੀਵਿਜੁਅਲ ਬੰਦੇ ਦੀ ਆ ਜੀ, ਜਦੋਂ ਵੋਟ ਬੰਦਾ ਪਾਉਣ ਜਾਂਦਾ, ਕਈ ਵਾਰੀ ਪਰਿਵਾਰ ਦਾ ਬਾਪੂ ਵੋਟ ਕਿਸੇ ਪਾਸੇ ਹੋਰ ਪਾਉਂਦਾ, ਪੁੱਤਰ ਹੋਰ ਪਾਸੇ ਪਾਉਂਦਾ, ਅੱਜ ਅੱਜ ਦੇ ਟਾਈਮ ਦੇ ਵਿੱਚ ਜੀ। ਉਹ ਕਿੱਥੇ ਬਲਕ ਵੋਟ ਦੇ ਵਿੱਚ, ਮੈਂ ਕੋਈ ਕਹਿਦਾ ਵੀ ਬਲਕ ਵੋਟ ਦੇ ਵਿੱਚ ਕੋਈ ਕਨਵਰਟ ਕਰ ਦੂਗਾ, ਉਹ ਗੱਲਾਂ ਨਹੀਂ ਰਹੀਆਂ। ਜੋ ਆਪਾਂ ਦੇਖਦੇ ਹਾਂ ਰਿਸ਼ਤੇਦਾਰ ਆਉਂਦੇ ਆ ਆਪਣੇ ਉੱਤੇ ਵੀ, ਜਦੋਂ ਆਪਾਂ ਨਹੀਂ, ਮੈਂ ਇਸ ਪੋਲੀਟਿਕਸ ਐਕਟਿਵ ਪੋਲੀਟਿਕਸ 'ਚ ਨਹੀਂ ਆਇਆ ਸੀ, ਕਈ ਵਾਰੀ ਰਿਸ਼ਤੇਦਾਰ ਆਉਂਦੇ ਸੀ, ਕਹਿੰਦੇ ਅਕਾਲੀ ਦਲ ਨੂੰ ਵੋਟਾਂ ਪਾ ਦੇ ਯਾਰ, ਹੈਂ ਸਾਡੇ ਕਰਕੇ ਪਾ ਦੇ।
प्रेशर पैंदा पर नहीं इदां दी कोई गल नहीं वोट अजकल इंडिविजुअल परसन टू परसन रहेगी जे थोनू मेरे च विश्वास है रवि साडा कोई सवारूगा तां मैनूं वोट आउणी है अदरवाइज जे किसे नूं किसे ते विश्वास नहीं वोट नहीं आउणी थोड़ी गल बिल्कुल ठीक है पर जिहड़ी अकाली दल है इस वक्त उन्हां कोले पैसे की बड़ी पावर है उन्हां कोले मसल की बड़ी पावर है उन्हां कोले जिहड़े वूमेन जिवें आपां कह दिंदे वह भी बड़ी पावर हैगी है कि उहदे सामने अपनी जिहड़ी पार्टी के लोग है वो उन्होंने दबा के जां पैसे के जोर नाल कुछ इस तरह का भी कर सकते वो जे पैसा ही सारा कुछ हो कदे भी सरकार बदल नहीं कदे कोई हारे ना इस सरकार पैसा बहुत कुछ होंगे सब कुछ नहीं जी मेरी दिमाग गल कहना भी पैसा बहुत कुछ है पर सारा कुछ पैसा नहीं जदों तुहाडे मन की आवाम की जमीर जागती है वो सामने पैसा जीरो जे पैसा ही होंगे तो बिहार मोदी क्यों हारता इन्हों को पैसे की कोई कमी जी पैसे ना कदे भी वोट कनवर्ट नहीं होंगी वे वे लीडर हारते हैं उन्होंने कोई पैसे की कोई कमी नहीं होंगी ये लोगों का दिल जितना पड़ता अज के टाइम के अज के टाइम के लोग एक सॉलिड सी एम चाहते हैं और वह सॉलिड सी एम सिर्फ बस सिर्फ अच्छ कैप्टन अमरिंदर सिंह ने साढ़े को और लोगों को कुछ बदल नहीं सरकार कर उसकी वोट लगी बहुत बहुत धन्यवाद थैंक यू।